ਕੂਲਰ ਖੁਰਦ ਦੇ ਵਿੱਚ ਅੱਜ ਅਸੀਂ ਕਿਸਾਨ ਵੀਰਾਂ ਦੇ ਨਾਲ ਗੱਲਬਾਤ ਕਰਨ ਲਈ ਆਏ ਹਾਂ ਅਤੇ ਸਿੱਧੀ ਬਿਜਾਈ ਦੀ ਤਕਨੀਕ ਬਾਰੇ ਜਿਹੜੀ ਜਾਣਕਾਰੀ ਸਾਂਝੀ ਕੀਤੀ ਹੈ। 1 ਜੂਨ ਤੋਂ ਇਹ ਸਿੱਧੀ ਬਿਜਾਈ ਕਿਸਾਨ ਵੀਰ ਕਰ ਸਕਦੇ ਹਾਂ। ਉਹਦੇ ਵਾਸਤੇ ਉਹਨਾਂ ਨੂੰ ਕੀ ਕੁਛ ਤਿਆਰੀਆਂ ਕਰਨੀ ਹੈਗੀ, 25 ਮਈ ਤੋਂ 2 ਜੂਨ ਤੱਕ 8 ਘੰਟੇ ਉਹਨਾਂ ਨੂੰ ਬਿਜਲੀ ਮਿਲੇਗੀ, ਅਤੇ ਕਿੰਨੀ ਡੂੰਘਾਈ 'ਤੇ ਉਹਨਾਂ ਨੇ ਬੀਜ ਲਾਉਣਾ, 1 ਕਿੱਲੇ 'ਚ ਕਿੰਨਾ ਬੀਜ ਉਹਨਾਂ ਨੂੰ ਚਾਹੀਦਾ ਹੈਗਾ, ਉਹਦੇ ਕਿੰਨੀ ਦੇਰ ਤੱਕ ਭਿਓ ਕੇ ਰੱਖਣਾ ਹੈਗਾ, ਕਿਵੇਂ ਬੀਜ ਨੂੰ ਤਿਆਰ ਕਰਨਾ, ਇਹ ਸਾਰੀ ਤਕਨੀਕ ਅਸੀਂ ਉਹਨਾਂ ਦੇ ਨਾਲ ਸਾਂਝੀ ਕੀਤੀ। ਅਤੇ ਪਿਛਲੇ ਸਾਲਾਂ ਦਾ ਕਿਸਾਨਾਂ ਦਾ ਕੀ ਤਜਰਬਾ ਹੈਗਾ, ਜਿਹੜੇ ਖੇਤ ਦੇ ਵਿੱਚ ਆਪਾਂ ਖੜ੍ਹੇ ਹੈਗੇ, ਸਰਪੰਚ ਸਾਹਿਬ ਦਾ ਖੇਤ ਹੈ, ਇਹਨਾਂ ਨੇ 35 ਏਕੜ ਦੇ ਵਿੱਚ ਪਿਛਲੇ ਸਾਲ ਸਿੱਧੀ ਬਿਜਾਈ ਕੀਤੀ ਸੀ। ਝਾੜ ਵੀ ਚੰਗਾ ਮਿਲਿਆ, ਦਾਣੇ ਦੀ ਕੁਆਲਿਟੀ ਵੀ ਵਧੀਆ ਸੀਗੀ, ਅਤੇ ਮੈਂ ਇਹਨਾਂ ਦਾ ਧੰਨਵਾਦ ਵੀ ਕਰਦਾ ਕਿ ਵੀ ਇਹਨਾਂ ਨੇ ਪਰਾਲੀ ਨੂੰ ਪਿਛਲੇ ਕਈ ਸਾਲਾਂ ਤੋਂ ਅੱਗ ਨਹੀਂ ਲਾਈ। ਅਤੇ ਇਹ ਜਿਹੜੀ ਤਕਨੀਕ ਹੈਗੀ ਸਿੱਧੀ ਬਿਜਾਈ ਦੀ ਤਕਨੀਕ ਹੈ, ਇਹਦੇ ਕਰਕੇ 10 ਦਿਨ ਦਾ ਟਾਈਮ ਵੱਧ ਮਿਲ ਜਾਂਦਾ ਕਣਕ ਦੀ ਬਿਜਾਈ ਵੇਲੇ। ਅਤੇ ਇਸ ਤਰ੍ਹਾਂ ਦੀ ਤਕਨੀਕ ਸਾਰੇ ਕਿਸਾਨ ਵੀਰਾਂ ਨੂੰ ਅਪਣਾਉਣੀ ਪਏਗੀ ਤਾਂ ਕਿ ਧਰਤੀ ਦੀ ਉਪਜਾਊ ਸ਼ਕਤੀ ਬਰਕਰਾਰ ਰਹੇ, ਵਾਤਾਵਰਣ ਦਾ ਵੀ ਨੁਕਸਾਨ ਨਾ ਹੋਏ, ਪਰਾਲੀ ਨਾ ਸਾੜ ਕੇ ਇਹਨਾਂ ਨੇ ਵਾਤਾਵਰਣ ਦੇ ਵਿੱਚ ਵੀ ਸੁਧਾਰ ਕੀਤਾ ਹੈਗਾ। ਅਤੇ ਇਸ ਤਰ੍ਹਾਂ ਦੇ ਤਕਨੀਕ ਸਾਰਿਆਂ ਨੂੰ ਅਪਣਾਉਣੀ ਪਏਗੀ। 2019 ਦੀ ਆਪਾਂ ਗੱਲ ਕਰੀਏ ਤਾਂ 700 ਹੈਕਟੇਅਰ ਰਕਬਾ ਸੀਗਾ, ਅਤੇ 2020 ਦੇ ਵਿੱਚ ਇਹ ਰਕਬਾ 27,000 ਹੈਕਟੇਅਰ ਹੋ ਗਿਆ, ਅਤੇ ਕਈ ਗੁਣਾ ਰਕਬਾ ਜਿਹੜਾ ਹੈਗਾ ਵੱਧ ਗਿਆ। ਅਤੇ ਐਤਕੀ ਅਸੀਂ ਉਮੀਦ ਕਰਦੇ ਹਾਂ ਕਿ 1 ਲੱਖ ਹੈਕਟੇਅਰ ਦੇ ਕਰੀਬ ਇਹ ਰਕਬਾ ਸਿੱਧੀ ਬਿਜਾਈ ਦੇ ਥੱਲੇ ਕਿਸਾਨ ਵੀਰ ਅਪਣਾਉਣਗੇ। ਸਾਰੇ ਹੀ ਕਿਸਾਨ ਵੀਰਾਂ ਦੇ ਨਾਲ ਅਸੀਂ ਖੇਤੀਬਾੜੀ ਮਹਿਕਮੇ ਦੇ ਐਕਸਪਰਟਸ ਅਤੇ ਦੂਜੇ ਹੋਰ ਵੀ ਡਿਪਾਰਟਮੈਂਟਸ ਦੇ ਅਫਸਰ ਸ਼ੇਅਰ ਕਰ ਰਹੇ ਹੈਗੇ ਕਿ ਇਸ ਤਕਨੀਕ ਨੂੰ ਕਿਵੇਂ ਅਪਣਾਉਣਾ ਹੈਗਾ, ਕਿੰਨੀ ਡੂੰਘਾਈ 'ਤੇ ਜਿਹੜਾ ਹੈਗਾ ਬਿਜਾਈ ਕਰਨੀ ਹੈਗੀ, ਅਤੇ ਇਹਦੇ ਨਾਲ ਕੀ ਫਾਇਦੇ ਹੈਗੇ, ਪਾਣੀ ਦੀ ਬੱਚਤ ਹੈ, ਬਿਜਲੀ ਦੀ ਬੱਚਤ ਹੈ, ਲੇਬਰ 'ਤੇ ਜਿਹੜਾ ਖਰਚਾ ਘੱਟਦਾ ਹੈਗਾ, ਕੱਦੂ ਕਰਨ ਕਰਕੇ ਜਿਹੜਾ ਹਾਰਡ ਪੈਨ ਬਣ ਜਾਂਦਾ ਉਹਦੇ ਕਰਕੇ ਬਰਸਾਤ ਦਾ ਪਾਣੀ ਥੱਲੇ ਸੀਪੇਜ ਨਹੀਂ ਹੁੰਦੀ, ਉਹਦੇ ਕਰਕੇ ਜੀ ਸਰ ਜਿਹੜਾ ਅੱਜ ਡੈਮੋ ਕੀਤਾ ਇਹਦੇ ਨਾਲ ਕਿਸਾਨਾਂ ਨੂੰ ਕਿਸ ਤਰ੍ਹਾਂ ਜਾਗਰੂਕ ਕਰ ਰਹੇ, ਅਤੇ ਪਹਿਲਾਂ ਨਾਲੋਂ ਜੇਕਰ ਗੱਲ ਕਰੀਏ ਕਿਸਾਨ ਕਿੰਨੇ ਕੁ ਜਾਗਰੂਕ? ਇਹ ਜਿਹੜਾ ਅੱਜ ਚੂਲਟ ਕਲਾਂ ਵਿਖੇ ਜਿਹੜੇ ਆਪਣੇ ਝੋਨੇ ਦੀ ਸਿੱਧੀ ਬਿਜਾਈ ਸੰਬੰਧੀ ਆਪਾਂ ਉਰੇ ਡੈਮੋ ਲਾ ਰਹੇ ਹਾਂ ਕਿਸਾਨਾਂ ਨੂੰ ਜਾਗਰੂਕ ਕਰਨ ਹਿੱਤ, ਜਿਵੇਂ ਮਾਨਯੋਗ ਡਿਪਟੀ ਕਮਿਸ਼ਨਰ ਜੀ ਨੇ ਦੱਸਿਆ ਸੀਗਾ, ਸਾਡਾ ਸਾਉਣੀ 2019 ਦੇ ਵਿੱਚ ਸਿਰਫ 700 ਹੈਕਟੇਅਰ ਰਕਬਾ ਮਿਲ ਕੇ ਵੀ ਝੋਨੇ ਦੀ ਸਿੱਧੀ ਬਿਜਾਈ ਥੱਲੇ ਸੀਗੀ। ਕੋਵਿਡ ਦੀ ਮਹਾਂਮਾਰੀ ਕਰਕੇ ਲੇਬਰ ਦੀ ਪ੍ਰੋਬਲਮ ਆਈ, ਜਿਸ ਕਰਕੇ ਪਿਛਲੇ ਸਾਲ ਇਹ ਸਾਡਾ ਰਕਬਾ 27,650 ਮਿਲ ਕੇ ਵੀ ਜਿਹੜਾ ਹੈਗਾ ਹੈਕਟੇਅਰ ਇਹ ਰਕਬਾ ਅਸੀਂ ਵਧਾਤਾ ਸੀਗਾ। ਪਰੰਤੂ ਇਸ ਸਾਲ ਮਿਲ ਕੇ ਵੀ ਜਿਸ ਤਰ੍ਹਾਂ ਕਿਸਾਨਾਂ ਦਾ ਰੁਝਾਨ ਮਿਲ ਕੇ ਵੀ ਚੱਲ ਰਿਹਾ, ਮਿਲ ਕੇ ਵੀ ਇਸ ਵਾਰੀ ਸਾਨੂੰ ਆਸ ਆ ਵੀ ਅਸੀਂ ਜ਼ਿਲ੍ਹਾ ਸੰਗਰੂਰ ਦੇ ਵਿੱਚ ਟੋਟਲ ਰਕਬਾ ਸਾਡਾ ਝੋਨੇ ਹੇਠ 2,90,000 ਹੈਕਟੇਅਰ ਆ, ਅਸੀਂ ਤਕਰੀਬਨ 1 ਲੱਖ ਹੈਕਟੇਅਰ ਰਕਬਾ ਜਿਹੜਾ ਹੈਗਾ ਉਹ ਅਸੀਂ ਇਸ ਵਾਰੀ ਝੋਨੇ ਦੀ ਸਿੱਧੀ ਬਿਜਾਈ ਥੱਲੇ ਲੈ ਕੇ ਆਵਾਂਗੇ। ਬਾਕੀ ਇਹਦੀ ਜਾਗਰੂਕਤਾ ਸੰਬੰਧੀ ਜਿਹੜੇ ਹੈਗੇ ਆ ਕਿਸਾਨਾਂ ਨੂੰ ਪੰਪਲੈਟ ਵੰਡੇ ਜਾ ਰਹੇ ਨੇ, ਜਾਗਰੂਕਤਾ ਕੈਂਪ ਲਾਏ ਜਾ ਰਹੇ ਨੇ, 10-10 ਪਿੰਡਾਂ ਦੇ ਸਮੂਹ ਮਗਰ 1-1 ਕੈਂਪ ਲਾ ਕੇ ਸਾਰੇ ਪੂਰੇ ਪੰਜਾਬ ਦੇ ਵਿੱਚ ਮਤਲਬ ਕਿ ਜਿਹੜਾ 1,017 ਕੈਂਪ ਲਾਏ ਗਏ ਨੇ, ਅਤੇ 48,000 ਤੋਂ ਜ਼ਿਆਦਾ ਕਿਸਾਨਾਂ ਨੂੰ ਜਿਹੜਾ ਹੈਗਾ ਉਹਨੂੰ ਝੋਨੇ ਦੀ ਸਿੱਧੀ ਬਿਜਾਈ ਸੰਬੰਧੀ ਅਵੇਅਰ ਕੀਤਾ ਗਿਆ। ਇਸ ਤੋਂ ਇਲਾਵਾ ਜਿਹੜਾ ਪੰਫਲੈਟ ਵੰਡੇ ਆ ਅਤੇ ਵੈਬੀਨਾਰ ਮੀਟਿੰਗਾਂ ਕੋਵਿਡ ਨੂੰ ਮੁੱਖ ਰੱਖਦੇ ਹੋਏ ਵੈਬੀਨਾਰ 'ਤੇ ਵੀ ਕਿਸਾਨਾਂ ਨਾਲ ਮੀਟਿੰਗਾਂ ਕਰਕੇ ਕਿਸਾਨਾਂ ਨੂੰ ਮਤਲਬ ਕਿ ਜੋੜਿਆ ਜਾ ਰਿਹਾ ਹੈ। ਅਤੇ ਬਾਕੀ ਜਿਹੜੀ ਅਹਿਮ ਗੱਲ ਮੈਂ ਤੁਹਾਨੂੰ ਦੱਸਣਾ ਚਾਹੁੰਦਾ, ਮਾਨਯੋਗ ਮੁੱਖ ਮੰਤਰੀ ਪੰਜਾਬ ਜੀ ਵੱਲੋਂ ਮਤਲਬ ਕਿ ਝੋਨੇ ਦੀ ਸਿੱਧੀ ਬਿਜਾਈ ਨੂੰ ਪ੍ਰਫੁੱਲਿਤ ਕਰਨ ਹਿੱਤ ਮਤਲਬ ਕਿ ਜਿਹੜੀ ਆਪਣੇ ਬਿਜਲੀ ਦੀ ਸਪਲਾਈ ਆ ਉਹ 25 ਮਈ ਤੋਂ ਲੈ ਕੇ 2 ਜੂਨ ਤੱਕ ਨਿਰੰਤਰ 8 ਘੰਟੇ ਮਤਲਬ ਕਿ ਜੋ ਸਪਲਾਈ ਆ ਉਹ ਚੱਲੂਗੀ, ਤਾਂ ਜੋ ਸਿੱਧੀ ਬਿਜਾਈ ਵਾਲੇ ਕਿਸਾਨ ਆਪਣੇ ਖੇਤਾਂ ਦੀ ਭਰਮੀ ਰੌਣੀ ਕਰਕੇ ਇਹ ਬਿਜਾਈ ਵੱਲ ਬਹੁਤ ਜ਼ਿਆਦਾ ਉਤਸ਼ਾਹਿਤ ਹੋ ਸਕਣ। ਛੋਟੇ ਕਿਸਾਨ ਦੇ ਲਈ ਕੀ ਸੋਚਿਆ ਗਿਆ, ਕਿਉਂਕਿ ਮਸ਼ੀਨ ਲੈਣ ਦੇ ਵਿੱਚ ਅਸਮਰਥ ਨੇ, ਉਹਨਾਂ ਤੱਕ ਮਸ਼ੀਨ ਕਿੱਦਾਂ ਪਹੁੰਚੀ? ਇਹ ਛੋਟੇ ਕਿਸਾਨਾਂ ਵਾਸਤੇ ਇੱਕ ਤਾਂ ਇਹ ਹੈ ਜੀ ਸਾਡੇ ਕੋਲ ਡਿਪਾਰਟਮੈਂਟ ਕੋਲ ਵੀ ਮਸ਼ੀਨਾਂ ਸਾਡੇ ਕੋਲ ਹੈਗੀਆਂ ਨੇ, ਜਿਹੜੇ ਕਿਸੇ ਕਿਸਾਨ ਨੂੰ ਕੋਈ ਮਸ਼ੀਨ ਦੀ ਜ਼ਰੂਰਤ ਆ ਉਹ ਸਾਡੇ ਨਾਲ ਤਾਲਮੇਲ ਕਰ ਸਕਦਾ, ਜਾਂ ਕੁਛ ਕਿਸਾਨ ਇੱਦਾਂ ਦੇ ਨੇ ਉਹ ਨੋਮੀਨਲ ਰੇਟ 1,000 ਤੋਂ ਲੈ ਕੇ 1,500 ਰੁਪਇਆ ਪ੍ਰਤੀ ਏਕੜ ਤੱਕ ਉਹ ਮਸ਼ੀਨਾਂ ਕਿਰਾਏ 'ਤੇ ਵੀ ਦਿੰਦੇ ਨੇ। ਬਾਕੀ ਸਾਡੇ ਵੱਲੋਂ ਪੰਜਾਬ ਸਰਕਾਰ ਵੱਲੋਂ ਜਿਹੜੀ ਹੈਗੀ ਆ ਇੱਕ ਮਤਲਬ ਜਿਹੜੀ ਖੇਤੀ ਮਸ਼ੀਨਾਂ 'ਤੇ ਸਬਸਿਡੀ ਦੇਣ ਦੀ ਮੁਹਿੰਮ ਮਤਲਬ ਚਲਾਈ ਗਈ ਆ, ਜਿਹੜੀ ਕਿ 12 ਮਈ ਤੋਂ ਲੈ ਕੇ 26 ਮਈ ਤੱਕ ਮਤਲਬ ਕਿਸਾਨ ਨੇ ਜਿਹੜੇ ਔਨਲਾਈਨ ਅਪਲਾਈ ਕਰ ਸਕਦੇ ਆ, ਉਹਦੇ ਵਿੱਚ ਇੰਡੀਵਿਜੁਅਲ ਕਿਸਾਨ ਨੂੰ 50% ਅਤੇ ਜਿਹੜੇ ਗਰੁੱਪ ਵਾਲੇ ਕਿਸਾਨ ਨੇ ਉਹਨਾਂ ਨੂੰ 80% ਸਬਸਿਡੀ ਆ ਉਹ ਦਿੱਤੀ ਜਾਊ, ਤਾਂ ਜੋ ਕਿਸਾਨ ਵੱਧ ਤੋਂ ਵੱਧ ਝੋਨੇ ਹੇਠ ਰਕਬਾ ਮਤਲਬ ਵੀ ਆਪਣਾ ਰਵਾਇਤੀ ਢੰਗ ਤੋਂ ਘਟਾ ਕੇ ਆਪਣੀ ਝੋਨੇ ਦੀ ਸਿੱਧੀ ਬਿਜਾਈ ਹੇਠ ਰਕਬਾ ਲੈ ਕੇ ਆਉਣ। ਮੇਰਾ ਨਾਮ ਸਰਦਾਰ ਗੁਰਜੀਤ ਸਿੰਘ, ਪਿੰਡ ਚੂਲੜ ਖੁਰਦ, ਜ਼ਿਲ੍ਹਾ ਸੰਗਰੂਰ। ਇਹ ਬਹੁਤ ਵਧੀਆ ਜੀ, ਪਿਛਲੇ ਸਾਲ ਮੈਂ 15 ਏਕੜ ਬੀਜਿਆ ਸੀ, ਵਧੀਆ ਝਾੜ ਰਿਹਾ 80 ਮਨ ਦਾ ਜੀ, ਅਤੇ ਇਸ ਸਾਲ 25 ਕਿੱਲਿਆਂ 'ਚ ਬੀਜਣੀ ਜੀ, ਅਤੇ ਬਹੁਤ ਵਧੀਆ ਝਾੜ ਆ, ਪਾਣੀ ਦੀ ਬੱਚਤ ਹੈ ਜੀ, ਵਧੀਆ ਪਰਾਲਾ ਜੀ, ਜਿਹੜੀਆਂ ਵਧੀਆ ਜ਼ਮੀਨਾਂ ਦੇ ਵਿੱਚ ਬੀਜੋ। ਫਾਇਦੇ ਦੇ ਵਿੱਚ ਇੱਕ ਤਾਂ ਲਵਾਈ ਲੇਬਰ ਦੀ ਬੱਚਤ ਹੁੰਦੀ ਹੈ ਜੀ, ਦੂਜਾ ਪਾਣੀ ਦੀ ਬੱਚਤ, ਅਤੇ ਜਿਵੇਂ ਵਾਹਵਾਹੀ ਦੀ ਬੱਚਤ ਬਹੁਤ ਘੱਟ ਹੁੰਦੀ ਹੈ ਜੀ, ਅਤੇ ਖਾਦ ਵੀ ਘੱਟ ਪੈਂਦਾ, ਜਿਵੇਂ ਦੂਜੇ ਝੋਨੇ 'ਚ ਲਗਾਤਾਰ ਪਾਣੀ ਖੜ੍ਹਾ ਰਹਿੰਦਾ, ਉਹਦੀ ਜੜ੍ਹ ਕਾਲੀ ਹੋ ਜਾਂਦੀ ਹੈ ਜੀ, ਫੰਗਸ ਪੈਂਦੀ, ਉਹਨੂੰ ਫੰਗਸ ਵੀ ਨਹੀਂ ਪੈਂਦੀ, ਜੜ੍ਹ ਚਿੱਟੀ ਰਹਿੰਦੀ ਹੈ ਵਧੀਆ।
ਇਹ ਹੈਗੇ ਨੇ ਜੀ 5-7 ਘਰ ਸਾਡੇ। ਹਾਂਜੀ ਹਾਂਜੀ ਕਰਦੇ ਹਾਂ ਅਪੀਲ ਸਾਰਿਆਂ ਨੂੰ ਵਿੱਚ। ਜਗਦੇਵ ਸਿੰਘ ਹੈ ਜੀ। ਅਸੀਂ ਤਾਂ ਕਹਿੰਦੇ ਵੀ ਕਿਸਾਨ ਨੇ ਜਿਹੜੇ ਇਹ ਸਿੱਧੀ ਬਿਜਾਈ ਵੱਲ ਜਾਣਾ ਚਾਹੀਦਾ, ਕਿਉਂਕਿ ਮੈਂ ਪਿਛਲੇ ਸਾਲ 2 ਏਕੜ ਜ਼ਮੀਨ ਬੀਜੀ ਤੀ, ਮੈਂ ਇਹ ਟਰਾਈ ਲਈ ਤੀ ਵੀ ਕਿਸ ਤਰ੍ਹਾਂ, ਮੈਨੂੰ ਬਹੁਤ ਵਧੀਆ ਬਹੁਤ ਫਾਇਦੇਮੰਦ ਰਹੀ ਮੇਰੀ ਆਮ ਜਿਹੜੀ ਅਸੀਂ ਜਿਹੜੀ ਤਕਨੀਕ ਨਾਲ ਪਹਿਲਾਂ ਅਸੀਂ ਬੀਜਦੇ ਹਾਂ ਉਹਦੇ ਨਾਲੋਂ ਮੇਰਾ ਦੋ ਮਣ ਜ਼ਿਆਦਾ ਝਾੜ ਨਿਕਲੇ। ਮੈਂ ਤਰਬੱਤਰ ਦੇ ਵਿੱਚ ਬੀਜੀ ਤੀ, ਤਰਬੀਜਰ ਦੇ ਨਾਲ ਹੀ ਉਹਦੇ ਵਿੱਚ ਸਾਡੇ ਨਦੀਨ ਨਹੀਂ ਹੋਇਆ, ਕਿਉਂਕਿ ਮੈਂ ਪਹਿਲਾਂ ਸਪਰੇਅ ਕਰਤੀ ਤੀ। ਉਹਦੇ ਨਾਲ ਪਾਣੀ ਦੀ ਖਪਤ ਵੀ ਬਹੁਤ ਹੈ, ਅਸੀਂ ਤਾਂ 5-7 ਦਿਨਾਂ ਬਾਅਦ ਪਾਣੀ ਲੈ ਰਹੇ ਹਾਂ, ਤਰਬੱਤਰ 'ਚ ਹੀ ਪਾਣੀ ਦਿੰਦੇ ਰਹੇ ਹਾਂ। ਮੇਰੇ ਸਾਡੇ ਕਿਸਾਨਾਂ ਵਾਸਤੇ ਤਾਂ ਬਹੁਤ ਲਾਭਦਾਇਕ ਹੈ, ਜੋ ਇਹ ਆ ਸਾਨੂੰ ਸਾਰਿਆਂ ਨੂੰ ਅਪਣਾਉਣਾ ਚਾਹੀਦਾ ਇੱਕ ਤਾਂ। ਬਹੁਤ ਖਰਚਾ ਘੱਟ ਆਉਂਦਾ ਜੇ ਦੇਖੀਏ ਜਿਸ ਤਰ੍ਹਾਂ ਦੇ, ਮੈਂ ਤਾਂ ਇੱਥੇ ਤਾਂ ਆਪ ਹੀ ਦੇਖਿਆ ਵੀ ਜਿਸ ਤਰ੍ਹਾਂ ਦਾ ਵੇਹ ਤਾਂ ਮੈਨੂੰ ਲੱਗਿਆ ਵੀ ਬਹੁਤ ਦੂਜਿਆਂ ਨਾਲੋਂ, ਜਿਵੇਂ ਹੋਰ ਜੀਰਿਆਂ ਨੂੰ ਸਾਡੀਆਂ ਦੂਜੀਆਂ ਹੀ ਬੀਜੀਆਂ ਹੋਈਆਂ ਤੇ ਮੇਰੀਆਂ, ਵੀ ਉਹਨਾਂ ਨਾਲੋਂ ਘੱਟ ਮੈਨੂੰ ਮਹਿਸੂਸ ਹੋਇਆ ਵੀ ਘੱਟ ਪਿਆ। ਸਪਰੇਅ ਤਾਂ ਅਸੀਂ ਕੀਤੀ ਹੈ, ਲੇਕਿਨ ਉਦੋਂ ਘੱਟ ਮਹਿਸੂਸ ਹੋਇਆ ਵੀ ਵੇਹ ਦੇ ਨੂੰ ਘੱਟ ਪਿਆ। ਬਹੁਤ ਜਾਗਰੂਕ ਜਿਵੇਂ ਹੁਣ ਰੋਜ਼ ਹੀ ਸੁਣਦੇ ਹਾਂ, ਵਧੀਆ ਪੂਰਾ ਹੋਲਾ ਰਿਹਾ, ਸਾਨੂੰ ਸਹਿਯੋਗ ਦੇਣਾ ਚਾਹੀਦਾ ਸੌਂਕਾ ਖੇਤੀਬਾੜੀ ਵਾਲਿਆਂ ਦਾ, ਜੇ ਅਸੀਂ ਉਹਨਾਂ ਦਾ ਸਹਿਯੋਗ ਦੇਵਾਂਗੇ ਤਾਂ ਹੀ ਅੱਗੇ ਵਧਾਂਗੇ ਅਸੀਂ। ਲੇਕਿਨ ਹਰ ਜਿੰਨਾ ਅਸੀਂ ਕੀਤਾ ਅਸੀਂ ਆਪ ਟਰਾਈ ਕਰ ਲਿਆ ਫਿਰ ਉਹ ਤਾਂ ਸਹੀ ਹੈ ਨਾ ਸਾਰਾ ਕੁਛ, ਉਹਦੇ ਵਿੱਚ ਅਸੀਂ ਕੋਈ ਉਹ ਨਹੀਂ ਹੈਗਾ ਆਮ ਤਾਂ ਹੈ ਨਹੀਂ ਵੀ ਉਹੀ ਗੱਲ ਕਰਤੀ ਅਸੀਂ ਨੇ, ਜੋ ਸਾਡਾ ਕੀਤਾ ਸਾਰਾ।